ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੋਮਲ ਕਪੂਰ, ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ। ਟੋਰੋਂਟੋ ਦਾ 57ਵਾਂ ਕੈਰੀਬੀਅਨ ਕਾਰਨੀਵਲ ਸ਼ਨੀਵਾਰ ਨੂੰ ਸ਼ੁਰੂ ਹੋ ਚੁੱਕਿਆ ਅਤੇ ਲੋਕ ਸ਼ੋਰ ਬੁਲੇਵਾਰਡ ਦੇ ਕੰਢੇ ਇੱਕ ਰੰਗੀਨ ਗ੍ਰੈਂਡ ਪਰੇਡ ਦੇ ਲਈ ਤਿਆਰ ਨੇ। ਅਤੇ ਮਹੀਨੇ ਭਰ ਚੱਲਣ ਵਾਲੇ ਇਸ ਉਤਸਵ ਦੀ ਸਮਾਪਤੀ ਤਮਾਸ਼ੇ ਦੇ ਅੰਤਿਮ ਸ਼ੋਅ ਦੇ ਵਿੱਚ ਹੋਵੇਗੀ, ਜਿੱਥੇ ਨਕਾਬਪੋਸ਼ ਆਪਣੇ ਪਹਿਰਾਵੇ ਦੇ ਵਿੱਚ ਸੋਖਾ ਸੰਗੀਤ ਉੱਤੇ ਨਾਚ ਕਰਨਗੇ। ਟੋਰੋਂਟੋ ਦੇ ਵਿੱਚ 57ਵਾਂ ਸਾਲਾਨਾ ਕਾਰਨੀਵਲ ਮਨਾਇਆ ਜਾ ਰਿਹਾ ਹੈ। ਜੇਕਰ ਕਾਰਨੀਵਲ ਇਵੈਂਟ ਦੀ ਗੱਲ ਕੀਤੀ ਜਾਵੇ ਤਾਂ ਕਾਰਨੀਵਲ ਮੁਕਤੀ ਗੁਲਾਮੀ ਦੇ ਅੰਤ ਨੂੰ ਵੀ ਦਰਸਾਉਂਦਾ ਹੈ। ਅਮਰੀਕਾ ਤੇ ਕੈਰੇਬੀਅਨ ਟਾਪੂਆਂ ਦੇ ਕਈ ਦੇਸ਼ ਹਰ ਸਾਲ ਇਹ ਤਿਉਹਾਰ ਨੂੰ ਮਨਾਉਂਦੇ ਨੇ। ਇਹ ਤਿਉਹਾਰ ਹੁਣ ਵੀ ਟੋਰੋਂਟੋ ਸ਼ਹਿਰ ਦੇ ਵਿੱਚ ਬਹੁਤ ਹੀ ਜ਼ੋਰਾਂ ਸ਼ੋਰਾਂ ਦੇ ਨਾਲ ਮਨਾਇਆ ਜਾ ਰਿਹਾ ਹੈ, ਜਿਹਦੇ ਵਿੱਚ ਵੱਖ ਵੱਖ ਸਿਆਸੀ ਆਗੂ ਵੀ ਸ਼ਿਰਕਤ ਕਰ ਰਹੇ ਨੇ। ਜੇਕਰ ਇਸ ਦੇ ਵਿੱਚ ਇਸ ਇਵੈਂਟ ਦੇ ਵਿੱਚ ਓਲੀਵੀਆ ਚਾਉ ਨੂੰ ਵੀ ਦੇਖਿਆ ਗਿਆ ਸੀ, ਜਿੱਥੇ ਉਹ ਖੂਬ ਸ਼ਾਨਦਾਰ ਡਾਂਸ ਕਰਦੇ ਹੋਏ ਵੀ ਨਜ਼ਰ ਆਏ ਸੀ। ਜੇਕਰ ਹੁਣ ਗੱਲ ਕੀਤੀ ਜਾਵੇ ਇਸ ਦੀ ਤਾਂ ਮਾਈਸ ਬਾਈਗ੍ਰੇਵ 1967 ਦੇ ਵਿੱਚ ਸ਼ੁਰੂ ਹੋਏ ਕਾਰਨੀਵਲ ਦੇ ਇੱਕ ਸੰਸਥਾਪਕ ਮੈਂਬਰ ਨੇ ਕਿਹਾ ਕਿ ਆਯੋਜਕ ਸਮੂਹ ਨੇ ਸੋਚਿਆ ਕਿ ਕਾਰਨੀਵਲ ਇੱਕ ਵਾਰੀ ਸਮਾਗਮ ਹੋਵੇਗਾ। ਹਾਲਾਂਕਿ ਇਹ ਇੰਨਾ ਸਫਲ ਰਿਹਾ ਕਿ ਉਸ ਸਮੇਂ ਦੇ ਸ਼ਹਿਰ ਦੇ ਮੇਅਰ ਵਿਲੀਅਮ ਡੈਨਿਸਨ ਨੇ ਇਸ ਨੂੰ ਸਾਲਾਨਾ ਤਿਉਹਾਰ ਬਣਨ ਦੀ ਵੀ ਬੇਨਤੀ ਕੀਤੀ ਸੀ। ਪਰੇਡ ਦੇ ਲਈ ਸੜਕ ਬੰਦ ਕਰ ਦਿੱਤੀ ਜਾਵੇਗੀ। 3 ਅਗਸਤ ਨੂੰ ਟੋਰੋਂਟੋ ਸ਼ਹਿਰ ਦੀਆਂ ਸਾਰੀਆਂ ਸੜਕਾਂ ਬੰਦ ਕਰ ਦਿੱਤੀਆਂ ਜਾਣਗੀਆਂ। ਸਵੇਰੇ 12 ਵਜੇ ਤੋਂ ਇਹ ਚੀਜ਼ ਲਾਗੂ ਹੋ ਜਾਵੇਗੀ ਅਤੇ 4 ਅਗਸਤ ਸਵੇਰੇ 7 ਵਜੇ ਤੱਕ ਇਸੇ ਤਰ੍ਹਾਂ ਸੜਕਾਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਫੋਰਟ ਯਾਕ ਬੁਲੇਵਾਰਡ ਤੋਂ ਕੋਲਬੋਨ ਲਾਸਟ ਡਰਾਈਵ ਤੱਕ ਝੀਲ, ਸ਼ੋਰ ਬੁਲੇਵਾਰਡ, ਡਬਲਿਊ ਬਾਟਸਡ ਸਟਰੀਟ ਅਤੇ ਫੋਰਟ ਯਾਕ ਬੁਲੇਵਾਰਡ ਦੇ ਵਿਚਕਾਰ ਲੇਕ ਸ਼ੋਰ ਬੁਲੇਵਾਰਡ ਡਬਲਿਊ ਵੈਸਟ ਬਾਊਂਡ ਸਿਰਫ ਸਥਾਨਕ ਆਵਾਜਾਈ ਲਈ ਖੁੱਲ੍ਹਾ ਰਹੇਗਾ। ਇਸਦੇ ਨਾਲ ਹੀ ਗਾਰਡੀਨਰ ਐਕਸਪ੍ਰੈਸ ਵੇ ਰੈਂਪ ਦੀ ਇੱਕ ਗਿਣਤੀ 3 ਅਗਸਤ ਨੂੰ ਸਵੇਰੇ 12 ਵਜੇ ਬੰਦ ਹੋ ਜਾਵੇਗੀ, ਜਿਹਦੇ ਵਿੱਚ ਜੇਸਮਨ ਅਵੈਨਿਊ ਵਿਖੇ ਔਨ ਅਤੇ ਆਫ ਰੈਂਪ ਅਤੇ ਡਨ ਅਵੈਨਿਊ ਵਿਖੇ ਆਫ ਰੈਂਪ ਸ਼ਾਮਲ ਹੋਣਗੇ। ਦੱਸੀ ਕਿ ਪਰੇਡ ਅਧਿਕਾਰਿਤ ਤੌਰ ਉੱਤੇ ਰਾਤ 8 ਵਜੇ ਖਤਮ ਹੁੰਦੀ ਹੈ, ਪਰ ਤਿਉਹਾਰ ਦੇ ਲਈ ਬਹੁਤ ਸਾਰੇ ਸਮਾਗਮ ਰਾਤ ਦੀ ਦੇਰ ਤੱਕ ਚੱਲਣਗੇ, ਜਿਸ ਕਰਕੇ ਇਸ ਨੂੰ ਥੋੜਾ ਸਮਾਂ ਵਧਾਇਆ ਵੀ ਜਾ ਸਕਦਾ ਹੈ। ਹਾਲਾਂਕਿ ਇਸ ਇਵੈਂਟ ਦੇ ਵਿੱਚ ਵੱਖ ਵੱਖ ਸਿਆਸੀ ਆਗੂ ਜਿਹੜੇ ਨੇ ਉਹ ਵੀ ਸ਼ਿਰਕਤ ਕਰਦੇ ਨਜ਼ਰ ਆ ਰਹੇ ਨੇ। ਇਸ ਉੱਤੇ ਬੋਲਦੇ ਹੋਏ ਵਿਲਸਨ ਨੇ ਕਿਹਾ ਕਿ ਉਹਨਾਂ ਨੂੰ ਲਗਾਉਣਾ ਇੱਕ ਬਹੁਤ ਹੀ ਹੁਨਰਮੰਦ ਅਤੇ ਸਮਾਂ ਲੈਣ ਵਾਲੀ ਪ੍ਰਕਿਰਿਆ ਹੈ। ਇਸ ਸਾਲ ਵਿਲਸਨ ਨੇ ਕਿਹਾ ਕਿ ਉਹ ਟੋਰੋਂਟੋ ਦੇ ਸਭ ਤੋਂ ਲੰਬੇ ਸਮੇਂ ਦੇ ਅਤੇ ਸਭ ਤੋਂ ਸਫਲ ਬੈਂਡਾਂ ਦੇ ਵਿੱਚੋਂ ਇੱਕ ਸਲ ਦੇ ਨਾਂ ਕਾਰਨੀਵਲ ਦੇ ਨਾਲ ਪਰੇਡ ਕਰ ਰਹੀ ਹੈ। ਕ੍ਰਿਸਾ ਸਿੰਘ ਜੋ ਕਿ ਸਲਡੇਨਾ ਦੇ ਨਾਲ ਪਰੇਡ ਕਰ ਰਹੀ ਹੈ, ਉਹ ਕਹਿੰਦੀ ਹੈ ਕਿ ਉਹ ਸਵੇਰੇ 5:30 ਵਜੇ ਤੋਂ ਆਪਣੀ ਪੋਸ਼ਾਕ ਦੇ ਵਿੱਚ ਜਾਣ ਲਈ ਉੱਠੀ ਸੀ, ਪਰ ਇਹ ਮਹਿਸੂਸ ਹੁੰਦਾ ਹੈ ਕਿ ਇੱਥੇ ਸਟੇਜ ਉੱਤੇ ਆਉਣਾ ਅਤੇ ਹਰ ਉਸ ਵਿਅਕਤੀ ਦੇ ਨਾਲ ਪਾਰਟੀ ਕਰਨਾ ਮਹੱਤਵਪੂਰਨ ਹੈ ਜਿਸ ਨੂੰ ਅਸੀਂ ਪਿਆਰ ਕਰਦੇ ਹਾਂ। ਇਸ ਦੇ ਨਾਲ ਹੀ ਫੇਥ ਹੈਲੀਮੈਨ ਫੋਸਟਰ ਦਾ ਕਹਿਣਾ ਹੈ ਕਿ ਮਾਸ ਖੇਡਣਾ ਮੇਰੇ ਸੱਭਿਆਚਾਰਕ ਦੇ ਵਿੱਚ ਹਿੱਸਾ ਲੈਣ ਅਤੇ ਇਸ ਨੂੰ ਮੇਰੇ ਸ਼ਹਿਰ ਦੁਆਰਾ ਪ੍ਰਗਟ ਕਰਨ ਦਾ ਇੱਕ ਮੌਕਾ ਹੈ। ਅਤੇ ਹੈਲੀਮੈਨ ਫੋਸਟਰ ਦੇ ਨਾਲ ਪਰੇਡ ਕਰ ਰਹੀ ਕਾਰਡੀਆਸਾ ਮੈਕਲਾ ਨੇ ਕਿਹਾ ਕਿ ਕੈਰੇਬੀਅਨ ਸੱਭਿਆਚਾਰ ਸੰਗੀਤ, ਭੋਜਨ ਅਤੇ ਪਹਿਰਾਵੇ ਦੁਆਰਾ ਪ੍ਰਗਟਾਵੇ ਬਾਰੇ ਹੈ। ਉਸਨੇ ਕਿਹਾ ਕਿ ਸਰੀਰ ਦੀ ਕਿਸਮ ਦੀ ਪਰਵਾਹ ਕੀਤੇ ਬਿਨਾਂ ਹਰ ਕਿਸੇ ਨੂੰ ਕਾਰਨੀਵਲ ਦੇ ਵਿੱਚ ਹਿੱਸਾ ਲੈਣ ਦੇ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਕਿ ਉਹ ਉਹਨਾਂ ਦੀ ਸੰਸਕ੍ਰਿਤੀ ਵਿੱਚ ਤੁਹਾਨੂੰ ਕਿਤੇ ਵੀ ਮਨਾਉਂਦੇ ਨੇ। ਤਾਂ ਮੈਕਲੌਲ ਨੇ ਕਿਹਾ ਕਿ ਤੁਸੀਂ ਕਿਵੇਂ ਦਿਖਾਈ ਦਿੰਦੇ ਹੋ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਹਾਲਾਂਕਿ ਇਸ ਇਵੈਂਟ ਦੇ ਵਿੱਚ ਫੈਡਰਲ ਐਨਡੀਪੀ ਲੀਡਰ ਜਗਮੀਤ ਸਿੰਘ ਵੀ ਮੌਜੂਦ ਹੋਏ, ਹਾਲਾਂਕਿ ਪਹਿਰਾਵੇ ਦੇ ਵਿੱਚ ਨਹੀਂ ਸਨ, ਪਰ ਉਹਨਾਂ ਨੇ ਕਿਹਾ ਕਿ ਉਹ 19 ਸਾਲ ਦੀ ਉਮਰ ਤੋਂ ਤਿਉਹਾਰ ਉੱਤੇ ਜਾ ਰਹੇ ਨੇ। ਇਹ ਟੋਰੋਂਟੋ ਸਿਟੀ ਦੇ ਲਈ ਪ੍ਰਮੁੱਖ
ਸਮਾਗਮਾਂ ਦੇ ਵਿੱਚੋਂ ਇੱਕ ਹੈ। ਜ਼ਿਕਰਯੋਗ ਹੈ ਕਿ ਟੋਰਾਂਟੋ ਦੇ 57ਵੀਂ ਸਾਲਾਨਾ ਕੈਰੇਬੀਅਨ ਕਾਰਨੀਵਲ ਗ੍ਰੈਂਡ ਪੇਰ ਦਾ ਜਸ਼ਨ ਮਨਾਉਣ ਦੇ ਲਈ ਸ਼ਨੀਵਾਰ ਨੂੰ ਲੋਕ ਸ਼ੋਰ ਬੁਲੇਵਾਰਡ ਦੇ ਵਿੱਚ ਮੇਅਰ ਓਲੀਵੀਆ ਚੋ ਵੀ ਸ਼ਾਮਲ ਹੋਏ ਸੀ। ਉਸ ਨੂੰ ਪਰੇਡ ਦੌਰਾਨ ਸੈਲਾਨੀਆਂ ਦੇ ਨਾਲ ਪਹਿਰਾਵੇ ਦੇ ਵਿੱਚ ਨੱਚਦੇ ਹੋਏ ਵੀ ਦੇਖਿਆ ਗਿਆ ਸੀ, ਜਿਸ ਦੇ ਵਿੱਚ ਕੈਰੇਬੀਅਨ ਸੱਭਿਆਚਾਰ ਦਾ ਜਸ਼ਨ ਮਨਾਉਣ ਵਾਲੇ ਤਿਉਹਾਰਾਂ ਦੇ ਇੱਕ ਮਹੀਨੇ ਦੀ 27 ਸਮਾਪਤੀ ਹੁੰਦੀ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।